ਲੁਧਿਆਣਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਕਮੇਟੀ ਦੇ ਵੱਲੋਂ ਇੱਕ ਬੈਠਕ ਕੀਤੀ ਗਈ, ਜਿਸ ਵਿੱਚ ਉਹਨਾਂ ਰਾਹੁਲ ਗਾਂਧੀ ਦੇ ਪਾਰਲੀਮੈਂਟ ਵਿੱਚ ਦਿੱਤੇ ਬਿਆਨ ਨੂੰ ਲੈ ਕੇ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਸ ਜ਼ੁਲਮ ਵਾਲੇ ਦਿੱਤੇ ਬਿਆਨ ਤੇ ਉਹਨਾਂ ਇੱਕ ਵਾਰ ਫਿਰ ਤੋਂ ਸਿੱਖਾਂ ਦੇ ਹਿਰਦਿਆਂ ਨੂੰ ਤਾਜ਼ਾ ਕੀਤਾ। ਉਹਨਾਂ ਕਿਹਾ 1984 ਦੇ ਵਿੱਚ ਸਿੱਖਾਂ ਦੇ ਉੱਤੇ ਇਸੇ ਕਾਂਗਰਸ ਦੀ ਸਰਕਾਰ ਨੇ ਜ਼ੁਲਮ ਕੀਤਾ ਸੀ ਅਤੇ ਇਹ ਅੱਜ ਜ਼ੁਲਮ ਵਾਲੀਆਂ ਗੱਲਾਂ ਕਰਦੇ ਨੇ। ਉੱਧਰ ਕਮੇਟੀ ਦੇ ਸੀਨੀਅਰ ਆਗੂ ਅਮਰਜੀਤ ਟਿੱਕਾ ਨੇ ਗੱਲਬਾਤ ਦੌਰਾਨ ਕਿਹਾ ਰਾਹੁਲ ਗਾਂਧੀ ਨੂੰ ਇਸ ਮਸਲੇ ਤੇ ਮੁਆਫੀ ਮੰਗਣੀ ਚਾਹੀਦੀ ਹੈ। ਅੱਜ ਜਿਹੜੀ ਮੀਟਿੰਗ ਹੋਈ ਹੈ ਗੁਰਦੁਆਰਾ ਸਾਹਿਬ ਵਿਖੇ, ਇਹ ਜਿਹੜਾ ਕੱਲ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੱਤਾ ਵੀ ਜ਼ੁਲਮ ਦੇ ਖਿਲਾਫ ਗੁਰੂ ਨਾਨਕ ਸਾਹਿਬ ਲੜੇ ਜਾਂ ਉਹਨਾਂ ਨੇ ਭਗਵਾਨ ਸ਼ਿਵ ਜੀ ਦੀਆਂ ਜਾਂ ਹੋਰ ਬੁੱਧ ਧਰਮ ਦੀਆਂ ਫੋਟੋਆਂ ਜਿਹੜੀਆਂ ਪਾ ਲਏ, ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਨਹਿਰੂ ਗਾਂਧੀ ਪਰਿਵਾਰ ਆਪ ਜ਼ੁਲਮ ਕੀਤੇ ਆ ਉਹਨਾਂ ਨੇ, ਖਾਸ ਕਰਕੇ 1984 ਦਾ ਜਿਹੜਾ ਸਿੱਖ ਕਤਲੇਆਮ ਹੈ ਦਿੱਲੀ ਦੀਆਂ ਸੜਕਾਂ 'ਤੇ 10,000 ਤੋਂ ਵੱਧ ਜਿਹੜਾ ਨਿਰਦੋਸ਼ ਸਿੱਖਾਂ ਨੂੰ ਮਾਰਿਆ ਗਿਆ, ਉਹ ਅੱਜ ਤੱਕ ਇਸ ਪਰਿਵਾਰ ਨੇ ਉਹਦੀ ਮਾਫ਼ੀ ਨਹੀਂ ਮੰਗੀ। ਦੂਜਾ ਜਿਹੜਾ ਬਲੂ ਸਟਾਰ ਆਪਰੇਸ਼ਨ ਸੱਚਖੰਡ ਦਰਬਾਰ ਸਾਹਿਬ 'ਤੇ ਫੌਜੀ ਹਮਲਾ, ਅੱਜ ਤੱਕ ਇਹ ਪਰਿਵਾਰ ਉਹਦੀ ਮਾਫ਼ੀ, ਜ਼ੁਲਮ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਇਹਨਾਂ ਨੇ ਜੇ ਮੈਂ ਕਹਿ ਲਵਾਂ ਵੀ ਮੁਗਲਾਂ ਤੋਂ ਬਾਅਦ ਸਭ ਤੋਂ ਵੱਧ ਜਿਹੜੇ ਜ਼ੁਲਮ ਕੀਤੇ ਹੈ ਸਿੱਖ ਕੌਮ 'ਤੇ ਉਹ ਨਹਿਰੂ ਗਾਂਧੀ ਪਰਿਵਾਰ ਨੇ ਕੀਤੇ ਹੈ। ਸੋ ਅਸੀਂ ਨਿੰਦਾ ਕਰਦੇ ਹਾਂ ਨਹਿਰੂ ਇਹਨੂੰ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚ ਸਿੱਖ ਕਤਲੇਆਮ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਜਿਹੜਾ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਹੋਇਆ ਉਹਦੀ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚ ਮਾਫ਼ੀ ਮੰਗਣੀ ਚਾਹੀਦੀ ਹੈ। ਇਹ ਜਿਹੜੀਆਂ ਗੱਲਾਂ ਅੱਜ ਕਰ ਰਹੇ ਹੈ ਵੀ ਜ਼ੁਲਮ ਦੇ ਖਿਲਾਫ਼ ਗੁਰੂ ਨਾਨਕ ਸਾਹਿਬ ਲੜੇ, ਗੁਰੂ ਨਾਨਕ ਸਾਹਿਬ ਲੜੇ ਹੈ ਇਹ ਸਾਰੀ ਦੁਨੀਆਂ ਨੂੰ ਪਤਾ ਵੀ ਉਹਨਾਂ ਨੇ ਬਾਬਰ ਨੂੰ ਜ਼ਾਬਰ ਕਿਹਾ ਉਸ ਵੇਲੇ ਦੇ ਹਾਕਮ ਨੂੰ। ਸੋ ਇਹ ਗੱਲਾਂ ਰਾਹੁਲ ਗਾਂਧੀ ਕਰਕੇ ਇੱਕ ਜਿਹੜਾ ਸਾਨੂੰ ਫਿਰ ਉਹ ਜਿਹੜਾ ਕਤਲੇਆਮ ਹੈ 84 ਦੰਗੇ ਸਿੱਖ ਕਤਲੇਆਮ ਉਹਨੂੰ ਇੱਕ ਵਾਰ ਫਿਰ ਤਾਜ਼ਾ ਕਰਤਾ, ਇਹ ਸਿੱਖਾਂ ਦੇ ਜ਼ਖਮਾਂ 'ਤੇ ਇੱਕ ਵਾਰ ਫਿਰ ਨਮਕ ਛਿੜਕਣ ਦਾ ਇੰਨਾ ਯਤਨ ਕੀਤਾ। ਰਣਨੀਤੀ ਇਹ ਵੀ ਅੱਜ ਸਾਰੀ ਦੇਸ਼ ਦੁਨੀਆ ਦੇ ਵਿੱਚ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਹੋ ਰਹੀ ਹੈ ਅਤੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਅਸੀਂ ਫਕੀਰ ਕਹਿੰਦੇ ਹਾਂ ਇੱਕ ਵਾਰ ਵੀ ਜੇ ਉਹਨੇ ਰਾਜਨੀਤੀ ਕਰਨੀ ਹੈ, ਜੇ ਉਹ ਅੱਜ ਜ਼ਿੰਮੇਵਾਰੀ ਹੈ ਕਾਂਗਰਸ ਪਾਰਟੀ ਨੂੰ ਉਹ ਲੀਡ ਕਰ ਰਿਹਾ ਅਤੇ ਅੱਜ ਉਹਨਾਂ ਨੂੰ ਇਹ ਕਾਂਗਰਸ ਵਾਲਿਆਂ ਨੂੰ ਥੋੜ੍ਹੀ ਬਹੁਤੀ ਵੀ ਜੇ ਇਹਨਾਂ 'ਚ ਸ਼ਰਮ ਬਾਕੀ ਹੈ ਤਾਂ ਪਾਰਲੀਮੈਂਟ ਦੇ ਵਿੱਚ ਸਿੱਖ ਕਤਲੇਆਮ ਦੀ ਇਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।